ਘਰ ਦੇ ਇੱਕ ਕਮਰੇ ਦੇ ਵਿੱਚ ਨਵਾਂ ਵਿਆਹਿਆ ਜੋੜਾ ਸੁੱਤਾ ਪਿਆ ਸੀ ਤਾਂ ਇੰਨੇ ਨੂੰ ਘਰ ਦੇ ਵਿੱਚ ਇੱਕ ਚੋਰ ਦਾਖਲ ਹੋ ਗਿਆ। ਉਸਦੇ ਵੱਲੋਂ ਪਹਿਲਾਂ CCTV ਕੈਮਰਾ ਢੱਕਣ ਦੀ ਕੋਸ਼ਿਸ਼ ਕੀਤੀ ਗਈ, ਉਸ ਤੋਂ ਬਾਅਦ ਉਹ ਇੱਕ ਕਮਰੇ ਦੇ ਵਿੱਚ ਚਲਾ ਗਿਆ। ਸੋਨੇ ਦੇ ਗਹਿਣੇ ਕੈਸ਼ ਲੈ ਕੇ ਇੱਥੋਂ ਬੜੀ ਹੀ ਚਲਾਕੀ ਦੇ ਨਾਲ ਫਰਾਰ ਹੋ ਗਿਆ। ਦੱਸ ਦਈਏ ਕਿ ਬਿਲਕੁਲ ਨਾਲ ਵਾਲੇ ਕਮਰੇ ਦੇ ਵਿੱਚ ਇਹ ਨਵਾਂ ਵਿਆਹਿਆ ਜੋੜਾ ਸੁੱਤਾ ਪਿਆ ਸੀ ਤਾਂ ਇਹ ਚੋਰ ਦੇ ਵੱਲੋਂ ਸਾਰੇ ਸਮਾਨ 'ਤੇ ਹੱਥ ਸਾਫ਼ ਕੀਤਾ ਗਿਆ। ਇਸ ਦਾ ਕਾਰਨਾਮਾ CCTV ਕੈਮਰੇ ਦੇ ਵਿੱਚ ਕੈਦ ਹੋਇਆ। ਚੋਰ ਦੀ ਇਸ ਚੋਰੀ ਬਾਰੇ ਜੋੜੇ ਨੂੰ ਬਿਲਕੁਲ ਵੀ ਭਿਣਕ ਨਹੀਂ ਲੱਗੀ। ਅੰਮ੍ਰਿਤਸਰ ਦੇ ਪਿੰਡ ਗਿੱਲਾਵਾਲੀ ਦਾ ਇਹ ਮਾਮਲਾ ਹੈ। ਚੋਰ ਇੱਥੋਂ ਸੋਨੇ ਦੀਆਂ ਮੁੰਦਰੀਆਂ, ਗਾਨੀ, 40,000 ਕੈਸ਼ ਅਤੇ ਮੋਬਾਈਲ ਫੋਨ ਲੈ ਗਿਆ। ਇਸ ਸੰਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ, ਚੋਰ ਵੱਲੋਂ ਮੋਬਾਈਲ ਫੋਨ ਬੰਦ ਕੀਤਾ ਗਿਆ। ਜਦ ਲੋਕੇਸ਼ਨ ਟਰੇਸ ਕਰਕੇ ਇਸ ਚੋਰ ਨੂੰ ਕਾਬੂ ਕੀਤਾ ਜਾਵੇਗਾ। ਸਰ, ਮੇਰਾ ਨਾਮ ਅੰਮ੍ਰਿਤਪਾਲ ਸਿੰਘ ਹੈ ਅਤੇ ਸਰ ਅਸੀਂ ਗਏ ਹਾਂ, ਮੈਂ ਅਤੇ ਹਸਬੈਂਡ ਅਤੇ ਮੇਰੀ ਵਾਈਫ, ਕੱਲ੍ਹ ਰਾਤ ਤਕਰੀਬਨ 1:00 ਦਾ ਟਾਈਮ ਸੀ, ਅਸੀਂ 1:00 ਨਾਲ ਵਾਪਸ ਆ ਗਏ ਅਤੇ ਅਸੀਂ 1:30-2 ਨਾਲ ਦੋਵੇਂ ਜੀ ਸੁੱਤੇ ਹਾਂ ਅਤੇ ਅਸੀਂ ਸੌਂਦਿਆਂ ਸਾਰ ਹੀ ਖੜਕੇ ਦੀ ਥੋੜ੍ਹੀ ਜਿਹੀ ਆਵਾਜ਼ ਆਈ ਹੈ, ਹਲਕੀ ਜੀ, ਪਰ ਅਸੀਂ ਨੋਟਿਸ ਨਹੀਂ ਕੀਤਾ ਇਸ ਗੱਲ ਨੂੰ। ਅਤੇ ਉਹਨਾਂ ਸਵੇਰੇ ਜਦੋਂ ਉੱਠ ਕੇ ਦੇਖਿਆ ਸਾਡੇ ਘਰ ਕੋਈ ਵੀ ਸਾਡਾ ਕੋਈ ਸਮਾਨ ਨਹੀਂ ਰਿਹਾ, ਕੋਈ ਗੋਲਡ ਵਗੈਰਾ, ਕੋਈ ਜੂਲਰੀ ਵਗੈਰਾ ਨਹੀਂ ਸਾਡੇ ਘਰ ਰਹੀ, ਕੋਈ ਸਾਡਾ ਕੈਸ਼ ਨਹੀਂ ਰਿਹਾ। ਤੁਸੀਂ ਫਿਰ ਪੁਲਿਸ ਕੰਪਲੇਂਟ ਲਿਖਾਈ ਆ ਅਤੇ ਪਰ ਹਾਲੇ ਤੱਕ ਕੁਝ ਪਤਾ ਨਹੀਂ ਜੇ ਲੱਗਾ। ਸਾਡੇ ਘਰ 'ਚ ਮੈਂ, ਮੇਰੀ ਮੰਮੀ, ਡੈਡੀ ਅਤੇ ਮੇਰੀ ਵਾਈਫ ਜੀ। ਨਹੀਂ, ਉਸ ਟਾਈਮ ਘਰ ਨਹੀਂ ਜੇ। CCTV 'ਚ ਸਰ ਬੰਦਾ ਇਹਦੀ ਪਛਾਣ ਨਹੀਂ ਆਉਂਦੀ ਕੋਈ ਵੀ। CCTV ਇਹ ਆਇਆ ਵਾ, ਬੰਦਾ ਇੱਕ ਆਇਆ ਵਾ, ਪਰ ਉਹਦੇ 'ਚ ਹਾਂਜੀ ਕੀਤੀ ਜੇ, ਪੁਲਿਸ ਵਾਲੇ ਆਉਂਦੇ ਵੀ ਲੱਭ ਲੈਂਦੇ ਆ। ਸ਼ੱਕ ਤਾਂ ਨਹੀਂ ਜੇ ਕਿ ਇਸ ਤਰ੍ਹਾਂ ਕਿਸੇ 'ਤੇ ਕਰ ਸਕਦੇ। ਸਮਾਨ ਦੇ ਵਿੱਚ ਘਰ ਦੇ ਵਿੱਚ ਕਾਫੀ ਸਮਾਨ ਸੀ, ਇੱਕ ਮੇਰਾ ਚੈਨ ਸੀ, 2-4 ਮੇਰੀ ਮੁੰਦਰੀਆਂ ਸੀ ਅਤੇ ਇੱਕ ਮੇਰੀ ਘਰ ਦੀ ਦਾ ਸੈੱਟ ਸੀ, ਇੱਕ ਮੇਰਾ ਫੋਨ ਵੀ ਲੈ ਗਏ ਜੇ। ਕੈਸ਼ ਵੀ ਗਿਆ? ਹਾਂਜੀ, ਕੈਸ਼ ਵੀ ਜੇ, ਕਿੰਨਾ? 30,000-40,000 ਰੁਪਏ ਕੈਸ਼ ਜੀ। ਸਰ ਉਹਨਾਂ ਸਾਡੇ ਗੇਟ ਸੀ ਸਾਡਾ ਜਾਲੀ ਵਾਲਾ, ਉਹਦੀ ਜਾਲੀ ਪਾੜ ਕੇ ਉਹਨਾਂ ਨੇ ਵਿੱਚੋਂ ਹੱਥ ਪਾ ਕੇ ਫਿਰ ਕੁੰਡੀ ਖੋਲ੍ਹੀ ਸੀ ਘਰ ਦੀ। ਅਸੀਂ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡਾ ਜਲਦ ਤੋਂ ਜਲਦ ਸਾਡਾ ਚੋਰ ਫੜਿਆ ਜਾਵੇ, ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੀ ਜਾਵੇ। ਗੁਰਪ੍ਰੀਤ ਕੌਰ, ਕੀ ਗੱਲਬਾਤ ਚੋਰੀ ਹੋਈ ਤੁਹਾਡੇ ਘਰ ਵਿੱਚ? ਉਸ ਸਮੇਂ ਤੁਸੀਂ ਕਿੱਥੇ ਸੀ ਅਤੇ ਕੀ ਕੀ ਚੋਰੀ ਹੋਈ? ਚੋਰੀ ਮੀਨਿੰਗ ਹਾਰ, ਚੈਨੀ, ਮੁੰਦਰੀ ਸੀਗੀ, ਇੱਕ ਕੈਸ਼ ਵੀ ਸੀਗਾ, ਉਹ ਚੁੱਕਿਆ ਗਿਆ ਸਾਰਾ ਇਹਦੇ। ਹਾਂਜੀ, ਪਤਾ ਹੀ ਨਹੀਂ ਲੱਗਾ ਜੀ, ਆਪਾਂ ਨੂੰ ਬਿਲਕੁਲ ਵੀ ਆਵਾਜ਼ ਵਗੈਰਾ ਆਈ ਨਹੀਂ, ਆਪਾਂ ਦੂਜੇ ਕਮਰੇ 'ਚ ਸੀਗੇ। ਹਾਂਜੀ, ਕਿਸੇ 'ਤੇ ਕੋਈ ਸ਼ੱਕ ਲੱਗਦਾ ਤੁਹਾਨੂੰ? ਸ਼ੱਕ ਤਾਂ ਨਹੀਂ ਜੀ ਫਿਲਹਾਲ ਕਿਤੇ। ਦੇ ਕੋਠਿਆਂ ਦੇ ਉੱਪਰ ਦੀ ਹੋਈ ਆਇਆ ਵਾ, ਸਿੱਧਾ ਨਹੀਂ।
ਮਣੀ ਇਦਾਂ ਕੰਧ ਟੱਪੀ। ਕਿਹੜਾ ਦਰਵਾਜ਼ਾ ਟੁੱਟਿਆ ਹੋਇਆ ਜਿਹਦੇ ਨਾਲ ਅੰਦਰ ਐਂਟਰੀ ਕੀਤੀ? ਦਰਵਾਜ਼ਾ ਉਧਰ ਜਾਲੀ ਵਾਲਾ। ਜਾ ਕੇ ਵੇਖਿਆ ਤੇ ਇੱਕ ਘਰ ਆ, ਚਾਰ ਬੰਨੇ ਘੇਰਿਆ ਸਾਰੇ ਬੰਨੇ, ਤੇ ਦੋ ਕਮਰੇ ਆ, ਇੱਕ ਰਸੋਈ ਆ, ਤੇ ਇੱਕ ਸਾਈਡ ਤੇ ਮੁੰਡਾ ਜਿਹੜਾ ਮੁੰਡਾ ਅੰਮ੍ਰਿਤ ਪਾਲ ਆ ਮੁੰਡਾ, ਇਹਦੀ ਘਰ ਦੀ ਤੇ ਨਵਾਂ ਵਿਆਹ ਆ, ਇਹ ਸੁੱਤੇ ਸੀ ਅਤੇ ਨਾਲ ਦਾ ਕਮਰਾ ਇਸ ਬੈੱਡ ਇਹਨਾਂ ਦੇ ਡੱਠੇ ਆ ਨਵੇਂ, ਉੱਧਰ ਨਹੀਂ ਸੁੱਤੇ, ਦੂਜੇ ਬੰਨੇ ਸੁੱਤੇ ਆ, ਅਤੇ ਮਾਤਾ ਇਹਨਾਂ ਦੀ ਗਈ, ਇਹਨਾਂ ਦੀ ਭੈਣ ਕੋਈ ਬਿਮਾਰ ਆ ਤਾਂ ਉੱਥੇ ਗਈ, ਅਤੇ ਆਣ ਕੇ ਲਿਖਾਇਆ ਕਿ ਮੇਰਾ ਕੁਝ ਰੁਪਈਏ ਅਤੇ ਕੋਈ ਮੁੰਦਰੀਆਂ ਦੋ ਆ, ਉਹ ਕੋਈ ਨਾਮ ਨੂੰ ਮਤਲਬ ਵਿਅਕਤੀ ਲੈ ਗਿਆ, ਤਾਂ ਜਿੰਦਾ ਜਿਹੜਾ ਉਹ ਸਵੇਰੇ ਜਿਹੜੀ ਗਰਿੱਲ ਆ ਉਹ ਟੁੱਟੀ ਸੀ ਥੋੜ੍ਹੀ ਕੁ, ਆਹ ਕੀਤਾ ਇਹਨਾਂ ਦੇ। ਹੁਣ ਜਿਹੜਾ ਇਹਦਾ ਮੋਬਾਇਲ ਉਹ ਵੀ ਚੋਰੀ ਹੋਇਆ, ਮੋਬਾਇਲ ਉਹ ਚੱਲਦਾ ਸੀ, ਉਹ ਇਹ ਲੋਕੇਸ਼ਨ 'ਤੇ ਲਾਇਆ, ਲੋਕੇਸ਼ਨ 'ਤੇ ਜਦੋਂ ਆ ਰਿਪੋਰਟ ਆ ਗਈ ਸਾਨੂੰ ਸਾਈਬਰ ਕ੍ਰਾਈਮ ਵੱਲੋਂ, ਫਿਰ ਜੋ ਕਾਰਵਾਈ ਅਮਲ 'ਚ ਲਿਆਉਂਦੀ ਜਾਊਗੀ, ਜੋ ਲਿਆਉਂਦੀ ਜਾਊ ਅਮਲ ਵਿੱਚ ਕਰਕੇ ਮੁੜ ਕੇ ਪਰਚਾ ਦੇਵਾਂਗੇ, ਫਿਰ ਜਿਹੜਾ ਦੋਸ਼ੀ ਉਹਨੂੰ ਫੜ ਕੇ ਗ੍ਰਿਫਤਾਰ ਕਰਕੇ ਅੰਦਰ ਤਾਂ।